ਪਿੰਡ ਰਾਜਿਆਣੇ ਦੇ ਸਤਨਾਮ ਸਿੰਘ ਦੇ ਘਰੇ ਆ ਮੁੰਡੇ ਨੂੰ ਕਬੂਤਰਬਾਜੀ ਦਾ ਸ਼ੌਂਕ ਵੀ ਬੜਾ ਝੋਟੀ ਦਾ ਤੇ ਘੋੜਾ ਵੀ ਕਮਾਲ ਰੱਖਿਆ ਮੁੰਡੇ ਨੇ ਨੁਕਰਾ ਪੰਜਾਬ ਨਸਲ ਦਾ ਜਿੱਦਾਂ ਦਾ ਬਾਈ ਮੈਂ ਲੋਕਾਂ ਦੀਆਂ ਇੰਟਰਵਿਊਆਂ 'ਚ ਪੰਜਾਬ ਨਸਲ ਸੁਣਿਆ ਨਾ ਨੁਕਰੇ ਦਾ ਦੂਸਰਾ ਨਾਮ ਤੇ ਉਦੋਂ ਤੋਂ ਮੈਨੂੰ ਬੜਾ ਆਨੰਦ ਆਉਂਦਾ ਇਹਨੂੰ ਪੰਜਾਬ ਨਸਲ ਕਹਿਣ ਦਾ ਸੂਹ ਗੱਲ ਸੱਜਣੋ ਘੋੜੇ ਦਾ ਨਾਂ ਹੈਗਾ ਗੱਬਰ ਤੇ ਇਹ ਹੈਗਾ ਮੈਂਟੂ ਰੋਡਿਆਂ ਵਾਲੇ ਘੋੜੇ ਸਮੁੰਦਰ ਦਾ ਬੱਚਾ ਇਹ ਘੋੜਾ ਐਸ ਵਕਤ ਹਜੇ ਉਮਰੋਂ ਇਹ ਘੋੜਾ ਬਣਿਆ ਹੀ ਆ ਸਤਨਾਮ ਸਿੰਘ ਹੁਣਾਂ ਦੇ ਘਰੇ ਆ ਪਿੰਡ ਰਾਜਿਆਣੇ ਜੇ ਕਿਸੇ ਵੀ ਸੱਜਣ ਨੇ ਇੱਕ ਸਟੱਡ ਸਰਵਿਸ ਲੈਣੀ ਹੋਵੇ ਤੇ 11000 ਇਹਨਾਂ ਨੇ ਇਹਦੀ ਰੱਖੀ ਆ ਫੀਸ ਪਿੰਡ ਰਾਜਿਆਣਾ ਜ਼ਿਲ੍ਹਾ ਮੋਗਾ ਤੇ ਬਾਗਾਪੁਰਾਣਾ ਮੁੰਡੇ ਨੂੰ ਕਬੂਤਰਬਾਜੀ ਦਾ ਵੀ ਬੜਾ ਸ਼ੌਂਕ ਆ ਤੇ ਬੜੀਆਂ ਟਰੋਫੀਆਂ ਜਿੱਤੀਆਂ ਬੜੇ ਸ਼ੌਂਕ ਨਾਲ ਕਬੂਤਰ ਸੰਭੇ ਹੋਇਆ ਸਤਨਾਮ ਤੇ ਆ ਲਾਲ ਸ਼ਰਟ ਵਾਲਾ ਮੁੰਡਾ ਜਿਹੜਾ ਜਾਂਦਾ ਇਹ ਭਾਈ ਸਤਨਾਮ ਇਹਦਾ ਤੁਹਾਨੂੰ ਨੰਬਰ ਦੇਣਾ ਇਸ ਮੁੰਡੇ ਨਾਲ ਤੁਹਾਡੀ ਹੋਣੀ ਹੈ ਗੱਲਬਾਤ ਇਹ ਘੋੜਾ ਤੌਰ ਦੇ ਬਹੁਤ ਆ ਸਤਨਾਮ ਇਸ ਤੇ ਬੈਠਦਾ ਬਹੁਤ ਆ ਘੋੜੇ ਤੇ ਮੈਂ ਬਾਈ ਸਤਨਾਮ ਨੂੰ ਪੁੱਛਿਆ ਮੈਂ ਇੰਟਰਵਿਊ ਤੇ ਤੁਹਾਡੀ ਗੱਲ ਕਰਾਉਂਗਾ ਤੁਹਾਨੂੰ ਇਹਦੇ ਕਬੂਤਰ ਵੀ ਦਿਖਾਵਾਂਗੇ ਤੇ ਮੈਂ ਗੱਲ ਕਰਾਉਂਗਾ ਕਿ ਉਹ ਕਹਿੰਦਾ ਮੈਂ ਇਸ ਘੋੜੇ ਨੂੰ ਘਟੋ ਘੱਟ 15 14 ਕਿਲੋਮੀਟਰ ਨਿਤ ਤੋਰ ਦਿੰਨਾ ਤੇ ਉਹ ਚੀਜ਼ ਦਾ ਮੈਨੂੰ ਵੇਖਣ ਨੂੰ ਇੱਕ ਹੋਰ ਫਾਇਦਾ ਮਿਲਿਆ ਕਿ ਜਦੋਂ ਇਹ ਘੋੜਾ ਫਲਮਾਉਂਦੇ ਸੀ ਨਾ ਸੀ ਤਾਂ ਸਾਨੂੰ ਇਹ ਘੋੜਾ 2 ਢਾਈ ਕਿਲੋਮੀਟਰ ਦੂਰ ਲੈ ਕੇ ਜਾਣਾ ਪਿਆ ਤੇ 2 ਢਾਈ ਕਿਲੋਮੀਟਰ ਤਾਂ ਪਹਿਲਾਂ ਅਸੀਂ ਧੋਰ ਕੇ ਲੈ ਕੇ ਗਏ ਘੋੜੇ ਨੂੰ ਉਸ ਤੋਂ ਬਾਅਦ ਗਰਾਊਂਡ ਦੇ ਵਿੱਚ ਜਿੰਨਾ ਚੱਲ ਰਿਹਾ ਇਹਦੇ ਵਿੱਚ એનર્ਜੀ ਘੋੜੇ 'ਚ ਇੰਨੀ ਹੀ ਰਹੀ ਨਹੀਂ ਆਮ ਤੌਰ ਤੇ ਮੈਂ ਘੋੜਿਆਂ ਨੂੰ ਦੇਖਦਾ ਕਿ ਉਹਨਾਂ ਦੀ એનર્ਜੀ ਮਰ ਜਾਂਦੀ ਆ ਘੋੜਾ ਨਰਜੈਟਿਕ ਬਹੁਤ ਆ ਮਤਲਬ ਇਸ ਗੱਲ ਤੋਂ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਆਮ ਤੌਰ ਤੇ ਆਪਾਂ ਘੋੜਿਆਂ ਨੂੰ ਸ਼ੋਪੀਸ ਆਟਮ ਹੀ ਬਣਾਤਾ ਇਹ ਮੁੰਡਾ ਘੋੜੇ ਤੇ ਇਹਦੇ ਸਰੀਰ ਤੇ ਆਪਾਂ ਇਹ ਦੇ ਕਹਿ ਸਕਦੇ ਆ ਕਿ ਇਹਦੀ ਕਸਰਤ ਤੇ ਬਹੁਤ ਧਿਆਨ ਰੱਖਦਾ ਹੈ ਧਿਆਨ ਦਿੰਦਾ ਹੈ ਤੇ ਉਹ ਚੀਜ਼ ਚੰਗੀ ਵੀ ਆ ਤੇ ਉਹ ਚੀਜ਼ ਦੇ ਨਤੀਜੇ ਆ ਜਿਹੜੇ ਉਹ ਆਪਣੇ ਘੋੜੇ ਦੀ ਤੰਦਰੁਸਤੀ ਚੋਂ ਆਪਾਂ ਨੂੰ ਮਿਲਦੇ ਵੀ ਆ ਤੇ ਜਦੋਂ ਫਿਰ ਦੇਖਣ ਵਾਲਾ ਵੀ ਕਹਿੰਦਾ ਵੀ ਹਾਂ ਭਾਈ ਘੋੜੇ ਦੇ ਵਿੱਚ ਕਰੰਟ ਹੈਗਾ ਇਹ ਘੋੜੇ ਦਾ ਨਾਂ ਗੱਬਰ ਆ ਸੱਜਣੋ ਹੁਣ ਇਸ ਘੋੜੇ ਦੀ ਜਿਹੜੀ ਮੀਟਿੰਗ ਆ ਉਹ ਸਟਾਰਟ 11000 ਰੁਪਇਆ ਇਸ ਘੋੜੇ ਦੀ ਫੀਸ ਆ ਸਤਨਾਮ ਸਿੰਘ ਹੁਣਾਂ ਦੇ ਘਰੇ ਆ ਜੇ ਕਿਸੇ ਵੀ ਸੱਜਣ ਨੂੰ ਸਟੱਡ ਸਰਵਿਸ ਚਾਹੀਦੀ ਹੋਈ 65 ਇੰਚ ਇਸ ਘੋੜੇ ਦਾ ਕੱਦ ਆ ਸਤਨਾਮ ਹੁਣੀ ਕਹਿੰਦੇ ਵੀ ਜੇ ਕਿਸੇ ਵੀ ਚੀਜ਼ ਨੂੰ ਵੈਰੀਫਾਈ ਕਰਨਾ ਹੋਵੇ ਬੇਸ਼ੱਕ ਤੁਸੀਂ ਕੱਦ ਮਾਪਣਾ ਵੀ ਹੋਵੇ ਤਾਂ ਸਾਡੇ ਘਰੇ ਆ ਕੇ ਮਣ ਸਕਦੇ ਆ ਮਤਲਬ ਕੌਨਫੀਡੈਂਸ ਨਾਲ ਮੁੰਡਾ ਗੱਲ ਕਰੂਗਾ ਜਦੋਂ ਆਪਾਂ ਇੰਟਰਵਿਊ ਸੁਣਾਵਾਂਗੇ ਗੱਲਬਾਤ ਤੁਹਾਡੀ ਕਰਾਵਾਂਗੇ ਤੇ ਫਿਰ ਹਾਲ ਤੁਹਾਨੂੰ ਘੋੜਾ ਕਿਵੇਂ ਲੱਗਿਆ ਦੱਸਿਓ ਵੀ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਨਾਲ ਦੀ ਨਾਲ ਜੇ ਕਿਸੇ ਸੱਜਣ ਨੂੰ ਲੋੜ ਹੋਈ ਤਾਂ ਮੈਂਟੂ ਰੋਡਿਆਂ ਵਾਲੇ ਵਾਲੇ ਸਮੁੰਤਰ ਘੋੜੇ ਦਾ ਬੱਚਾ ਤੁਸੀਂ ਸਤਨਾਮ ਸਿੰਘ ਨੂੰ ਫੋਨ ਕਰਕੇ ਘੋੜੀ ਮੇਟ ਕਰਾ ਸਕਦੇ ਆਂ ਜਿਉਂਦੇ ਰਹੋ